ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਜੀ ਪੀਐਸਟੈਟ ਦੇ ਪੇਪਰ ਦੇ ਨਾਲ ਸੰਬੰਧਿਤ ਗੱਲਬਾਤ ਕਰੀਏ ਤਾਂ ਜਿੰਨੇ ਵੀ ਕੈਂਡੀਡੇਟ ਪੀਐਸਟੈਟ ਦਾ ਪੇਪਰ ਦੇਣਾ ਚਾਹੁੰਦੇ ਨੇ ਸੋ ਉਹ ਸਾਰੇ ਇਸ ਗੱਲ ਨੂੰ ਲੈ ਕੇ ਚੱਲੇ ਹੋਏ ਨੇ ਕਿ ਸਰਕਾਰ ਤੱਕ ਕਿਵੇਂ ਗੱਲ ਪਹੁੰਚਾਈ ਜਾਵੇ ਕਿਵੇਂ ਪੀਐਸਟੈਟ ਦੇ ਪੇਪਰ ਦੇ ਸੰਬੰਧੀ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕਰਵਾਇਆ ਜਾਵੇ ਸੋ ਇਸੇ ਲੜੀ ਦੇ ਤਹਿਤ ਪਿਛਲੇ 7 ਤਰੀਕ ਨੂੰ ਇੱਕ ਵਧੀਆ ਧਰਨਾ ਰੈਲੀ ਵਗੈਰਾ ਹੋਈ ਸੀਗੀ ਸੰਗਰੂਰ ਦੇ ਵਿੱਚ ਜਿੱਥੇ ਵਧੀਆ ਰਿਸਪਾਂਸ ਮਿਲਿਆ ਸੀ ਵੱਡੀ ਗਿਣਤੀ ਦੇ ਵਿੱਚ ਪੀਆ ਸਟੈਟ ਦਾ ਪੇਪਰ ਕਰਵਾਉਣ ਦੇ ਚਾਹਵਾਨ ਕੈਂਡੀਡੇਟ ਸੀ ਜਿਹੜੇ ਪਹੁੰਚੇ ਸੀਗੇ ਸੋ ਉਸੇ ਲੜੀ ਦੇ ਤਹਿਤ ਫਿਰ ਹੁਣ ਇੱਕ ਹੋਰ ਪ੍ਰੋਟੈਸਟ ਆ ਜਿਹੜਾ ਸੰਘਰਸ਼ ਆ ਜਿਹੜੀ ਅਗਲੀ ਲੜਾਈ ਦੇ ਤਹਿਤ ਇਸੇ ਦੇ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਰੱਖਿਆ ਗਿਆ ਓ ਪੀਐਸਟੈਟ ਦਾ ਪੇਪਰ ਕਰਵਾਉਣ ਦੇ ਲਈ ਸਰਕਾਰ ਨਾਲ رابطہ ਕਰਨ ਦੇ ਲਈ 12 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਜੀ ਇਸੇ ਦੇ ਤਹਿਤ ਕਾਫੀ ਪੈਂਫਲਟ ਮੈਸੇਜ ਵਗੈਰਾ ਜਿਹੜੇ ਕੈਂਡੀਡੇਟ ਨੇ ਜਿਹੜੇ ਜੂਨੀਅਨ ਦੇ ਆਗੂ ਸਹਿਬਾਨ ਨੇ ਉਹਨਾਂ ਨੇ ਤਿਆਰ ਕੀਤੇ ਆ ਤੇ ਆਪਣੇ ਤੱਕ ਉਹਨਾਂ ਨੇ ਗੱਲ ਪਹੁੰਚਾਈ ਸੀ ਵੀ ਸਾਡੀ ਗੱਲ ਕਰੋ ਥੋੜੀ ਜੀ ਕੈਂਡੀਡੇਟ ਨੂੰ ਜਿਹੜੇ ਪੀਐਸਟੈਟ ਦਾ ਪੇਪਰ ਦੇਣਾ ਚਾਹੁੰਦੇ ਨੇ ਚਾਹੇ ਉਹ ਈਟੀਟੀ ਵਾਲੇ ਨੇ ਪੀਐਸਟੈਟ 1 ਦਾ ਪੇਪਰ ਦੇਣਾ ਚਾਹੇ ਉਹ ਪੀਐਸਟੈਟ 2 ਦਾ ਪੇਪਰ ਦੇਣਾ ਬੀਐਡ ਵਾਲੇ ਨੇ ਸੋ ਉਹਨਾਂ ਨੂੰ ਅਪੀਲ ਹੈਗੀ ਇਹ ਟੈਟ ਪੀਆ ਸਟਾਰਟਡ ਟੈਟ ਕਰਵਾਉਣ ਵਾਲੀ ਜੂਨੀਅਨ ਦੇ ਵੱਲੋਂ ਅਪੀਲ ਹੈ ਜੀ ਵੀ ਸਾਰੇ ਇਸ ਧਰਨੇ ਦੇ ਵਿੱਚ ਇਸ ਬਜਾਰੇ ਦੇ ਵਿੱਚ ਸ਼ਾਮਲ ਹੋਣ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਇਹ ਜਿਹੜਾ ਸਥਾਨ ਹੈ ਜੀ ਉਹਨਾਂ ਵੱਲੋਂ ਦਿੱਤਾ ਗਿਆ ਬੇਰਕਾ ਪਲਾਂਟ ਸੰਗਰੂਰ ਦੇ ਵਿੱਚ ਇਹ ਸੀਐਮ ਨਿਰਹਾ ਇਸ ਹੈ ਜਿਹੜੀ ਸੰਗਰੂਰ ਵਿਖੇ ਸਰਦਾਰ ਭਗਵੰਤ ਸਿੰਘ ਮਾਨ ਦੀ ਉਨ੍ਹਾਂ ਦੀ ਰਹਿ ਇਸ ਦੇ ਬਿਲਕੁਲ ਨਾਲ ਹੀ ਇਹ ਬੇਰਕਾ ਪਲਾਂਟ ਬਣਿਆ ਹੋਇਆ ਉਹਦੇ ਗੇਟ ਦੇ ਉੱਪਰ ਹੀ ਇੱਕ ਛੋਟਾ ਜਿਹਾ ਪਾਰਕ ਹੈਗਾ ਜਿੱਥੇ ਲੋਕ ਇਕੱਤਰ ਹੋ ਸਕਦੇ ਨੇ ਅਰੇਂਜਮੈਂਟ ਚਾਹ ਪਾਣੀ ਵਗੈਰਾ ਉੱਥੇ ਹੁੰਦਾ ਹੈ ਕੰਟੀਨ ਦੇ ਵਿੱਚ ਸੋ ਤੁਸੀਂ ਬੜੇ ਵਧੀਆ ਤਰੀਕੇ ਨਾਲ ਉੱਥੇ ਪਹੁੰਚ ਸਕਦੇ ਹੋ ਤੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਵੋ 12 ਤਰੀਕ ਨੂੰ 2023 ਦੇ ਵਿੱਚ 12 ਫਰਵਰੀ 2023 ਬਕਾਇਦਾ ਡੇਟ ਇਹਨਾਂ ਨੇ ਦਿੱਤੀ ਹੈ ਸੋ ਬਕਾਇਦਾ ਮੈਸੇਜ ਇਹਨਾਂ ਵੱਲੋਂ ਪਾਇਆ ਗਿਆ ਦੇਖੋ ਜਾਰੀ ਕਰਤਾ ਪ੍ਰਦੀਪ ਗੁਰੂ ਇਹ ਨੰਬਰ ਹੈ ਉਹਨਾਂ ਦਾ ਸੋਨੂ ਕੰਬੋਜ਼ ਗੁਰਵਿੰਦਰ ਨੰਦਗੜ ਸੋ ਇਹ ਜਿਹੜੇ ਸਾਥੀ ਮਤਲਬ ਇਸ ਚੀਜ਼ ਦੀ ਅਗਵਾਈ ਕਰ ਰਹੇ ਨੇ ਵੀ ਪੀਐਸਟੈਟ ਦਾ ਪੇਪਰ ਲਿਆ ਜਾਵੇ ਸਰਕਾਰ ਦੇ ਸਰਕਾਰ ਜਿਹੜਾ ਟਾਲਾਬਟ ਰਹੀ ਆ ਵੀ ਪੀਐਸਟੈਟ ਦਾ ਪੇਪਰ ਨਾ ਹੋਵੇ ਤਾਂ ਜੋ ਜਿਹੜੇ ਕਿਉਂਕਿ ਸਰਕਾਰ ਇਸ ਗੱਲ ਤੋਂ ਟਾਲਾਬਟ ਰਹੀ ਹੈ ਵੀ ਜੇਕਰ ਪੀਐਸਟੈਟ ਦਾ ਪੇਪਰ ਲਿਆ ਜਾਊਗਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਪੀਐਸਟੈਟ ਦਾ ਪੇਪਰ ਪਾਸ ਕਰਕੇ ਲਾਈਨ 'ਚ ਖੜਨਗੇ ਨੌਕਰੀ ਮੰਗਣਗੇ ਤੇ ਸਰਕਾਰ ਨੇ 9894 ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਸੋ ਮਾਸਟਰ ਕੇਡਰ ਦੀਆਂ ਪੋਸਟਾਂ ਵੀ ਚੱਲ ਰਹੀਆਂ ਨੇ ਜੇਕਰ ਵੱਡੀ ਲਾਈਨ ਹੋਊਗੀ ਤਾਂ ਵੱਧ ਪੋਸਟਾਂ ਦੀ ਲੋੜ ਪਊਗੀ ਸਰਕਾਰ ਤੋਂ ਮੰਗ ਕਰਨਗੇ ਵਿਰਜ਼ਕਾਰ ਸੋ ਇਹਨਾਂ ਦੇ ਮੱਦੇਨਜ਼ਰ ਸਰਕਾਰਾਂ ਮਰ ਟਾਈਮ ਪਾਸ ਕਰਨਾ ਚਾਹੁੰਦੀ ਆ ਸੋ ਪੀਐਸਟਟ ਜੂਨੀਅਨ ਪੰਜਾਬ ਦੇ ਵੱਲੋਂ ਇਹ ਅਪੀਲ ਹੈ ਜੀ ਤੇ ਸਾਡੇ ਵੱਲੋਂ ਵੀ ਅਪੀਲ ਹੈ ਜਿਹੜੇ ਅਸੀਂ ਤਿਆਰੀ ਕਰਵਾਉਣੀ ਆ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਦਿੰਨੇ ਆ ਵੀ ਇਸ ਸੰਘਰਸ਼ ਦਾ ਹਿੱਸਾ ਬਣੋ ਤੇ ਆਪਣੇ ਜਿਹੜੇ ਹੱਕ ਨੇ ਉਹ ਲਵੋ ਤੋ ਇੱਥੇ ਦੇਖੋ ਮੈਸੇਜ ਵਗੈਰਾ ਵੀ ਪਾਇਆ ਹੋਇਆ ਜੂਨੀਅਨ ਨੇ ਮੈਂ ਪੀਐਸਟਟ ਜੂਨੀਅਨ ਪੰਜਾਬ ਤੋਂ ਬੇਨਤੀ ਕਰਦਾ ਹਾਂ ਕਿ ਆਪਣਾ ਅਗਲਾ ਧਰਨਾ 12 ਫਰਵਰੀ 2023 ਸੰਗਰੂਰ ਬੇਰਕਾ ਪਲਾਂਟ ਸੀਐਮ ਘਰ ਦੇ ਕੋਲ ਹੋਣ ਜਾ ਰਿਹਾ ਹੈ ਕੱਲ ਵੀ ਲਗਾਇਆ ਸੀ ਇਹ 8 ਤਰੀਕ ਨੂੰ ਮੈਸੇਜ ਪਾਇਆ ਸੀ ਸਟੂਡੈਂਟ ਬਹੁਤ ਘੱਟ ਆਏ ਸਨ ਪਰ ਕੱਲ ਜੋ ਆਏ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਕੱਲ ਸਾਨੂੰ ਮੀਟਿੰਗ ਮਿਲੀ ਪਰ ਅਸੀਂ ਉਸ ਨੂੰ ਸਵੀਕਾਰ ਨਾ ਕਰਦੇ ਹੋਏ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਕੇ ਆਏ ਹਾਂ ਕਿ 12 ਤਰੀਕ ਨੂੰ ਹੋਰ ਵੱਡਾ ਅਤੇ ਉੱਚੇ ਲੈਵਲ ਦਾ ਧਰਨਾ ਲਗਾਵਾਂਗੇ सीएम ਦੇ ਪੁਤਲੇ ਵੀ ਸਾੜਾਂਗੇ ਹਰ ਜ਼ਿਲ੍ਹੇ ਚਾਤੇ 2024 ਦੇ ਵੋਟਾਂ ਵਿੱਚ ਸਰਕਾਰ ਦਾ ਬਾਈਕਾਟ ਕਰਾਂਗੇ ਜੇ ਸਾਡਾ ਸਿੰਘ ਨੋਟੀਫਿਕੇਸ਼ਨ ਨਾ ਕੱਢਿਆ ਗਿਆ ਇਸ ਲਈ ਹੁਣ ਤੱਕ ਜੋ ਆਏ ਜਾਂ ਜੋ ਨਹੀਂ ਆਇਆ ਧਰਨੇ ਚ ਸਭ ਨੂੰ ਬੇਨਤੀ ਹੈ ਕਿ 12 ਫਰਵਰੀ 2023 ਨੂੰ ਆਓ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਅਤੇ ਕਿਰਪਾ ਕਰਕੇ ਸਾਡਾ ਸਾਥ ਦੇਵੋ ਤੇ ਨਾਲ ਦੇ ਸਾਥੀਆਂ ਨੂੰ ਵੀ ਆਉਣ ਲਈ ਕਹੋ ਅਤੇ ਆ ਮੈਸੇਜ ਹਰ ਇੱਕ ਗਰੁੱਪ ਵਿੱਚ ਭੇਜੋ ਸੋ ਆਪਣਾ ਇਹ ਜਿਹੜੀ ਵੀਡੀਓ ਆਪਾਂ ਤੁਹਾਨੂੰ ਇਹ ਸਾਰੇ ਜਿਹੜੇ ਜੁਨੀਅਨ ਵੱਲੋਂ ਪੈਫਲੈਟ ਜਾਂ ਮੈਸੇਜ ਨੇ ਉਹਨਾਂ ਦੇ ਤੱਥਾਂ ਦੇ ਆਧਾਰ ਤੇ ਆਪਾਂ ਤੁਹਾਨੂੰ ਬੇਨਤੀ ਕੀਤੀ ਆ ਉਹਨਾਂ ਦੇ ਵੱਲੋਂ ਬੇਨਤੀ ਆ ਇਹ ਸੋ ਇਹ ਸਾਰੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਦੋਸਤਾਂ ਮਿੱਤਰਾਂ ਤੱਕ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਧਰਨੇ ਮੁਜਾਰੇ ਦੇ ਵਿੱਚ ਪਹੁੰਚੋ ਤਾਂ ਜੋ ਤੁਹਾਡਾ ਪੀਐਸਟੈਟ ਦਾ ਪੇਪਰ ਸਰਕਾਰ ਲਵੇ ਤੇ ਤੁਸੀਂ ਨੌਕਰੀ ਵਾਲੇ ਰਸਤੇ ਤੇ ਜਾਵੋ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਹੜੇ ਦੋਸਤ ਨਵੇਂ ਨੇ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ